श्री फतेहगढ़ साहिब च देश दा सब तो विशाल बरगद दा रुख है, जां शायद कह सकदे हां कि दुनिया दा। जदों तुसी चोटली कला पहुंचदे हो तां इत्थे पहुंचण उत्ते इक शक्तिशाली रुख नाल तुहाडा सामना हुंदा है। इह रुख हरे भरे खेतां विचाले है। द्योकद छतरी वर्गा दिखण वाला इह रुख 6 तों 7 एकड़ च फैलिया होया है। स्थानक लोकां दी मन्निए तां इह रुख 300 साल तों वी वध पुराना है। इस रुख नूं कायाकल्प वृक्ष जां बरोटी साहिब दे नां नाल जाणिया जांदा है। पेंडू लोकां दा कहना है कि बरगद दा इह रुख आप मुहारे अपनियां जड़ां फैला रहा है ते जमींदारां दे खेतां च इह फैलदा ही जा रहा है। कई 10-15-20 साल हो गए ਜਦ ਗੋਬਿੰਦਗੜ੍ਹ ਦੇ ਲਾਲੇ ਮਿਣਕੇ ਗਏ ਜਦ 4 ਏਕੜ 'ਚ ਸੀ, ਹੁਣ 6-7 ਏਕੜ 'ਚ ਇੱਕ ਸਾਲ ਜਾਊਗੀ 4 ਸਪੇਰੇ ਨੂੰ, ਜਿੰਨੀ ਚੱਲੀ ਗਈ ਉੱਨੀ ਲੱਟ ਨੇ ਜ਼ਮੀਨ ਛੱਡ ਦੇਣੀ, ਵੱਢਣੀ ਨਹੀਂ ਹੈ। ਜਦੋਂ ਵੀ ਕਿਸੇ ਜ਼ਮੀਨਦਾਰ ਨੇ ਇਸ ਰੁੱਖ ਦੀਆਂ ਜੜ੍ਹਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਅਜਿਹੇ 'ਚ ਜਿਹੜੇ ਜਿਹੜੇ ਖੇਤਾਂ 'ਚ ਬਰੋਟੀ ਸਾਹਿਬ ਦੀਆਂ ਜੜ੍ਹਾਂ ਜਾਂਦੀਆਂ ਹਨ, ਉਸ ਜ਼ਮੀਨ ਦਾ ਕਿਸਾਨ ਆਪਣਾ ਖੇਤ ਛੱਡ ਦਿੰਦਾ ਹੈ। ਬਰਗਦ ਦੇ ਰੁੱਖ ਦੀ ਹੇਠਾਂ ਡਿੱਗੀ ਲੱਕੜੀ ਅਤੇ ਪੱਤਿਆਂ ਨੂੰ ਵੀ ਲੋਕ ਵਰਤਣ ਤੋਂ ਡਰਦੇ ਨੇ। ਮਤਲਬ ਸਾਡੇ ਪਿੰਡ ਦੇ ਬੰਦੇ ਨਾਲ ਵੱਢੀ ਸੀ, ਉਹ ਬੰਦਾ ਸੁਰਗਵਾਸ ਹੋਇਆ, ਨੁਕਸਾਨ ਇੱਕ ਪੱਤਾ ਕੀ ਆ, ਵੱਡਾ ਪੱਤਾ ਨਹੀਂ, ਇੱਕ ਡੱਕਾ ਨਹੀਂ ਲਿਆ ਸਕਦੇ, ਇੱਕ ਡੱਕਾ ਤੋੜ ਕੇ ਉੱਥੇ ਜਿੰਨੀ ਮਰਜ਼ੀ ਜਿੰਨਾ ਵੀ ਥੋੜ੍ਹਾ ਚਿੱਤ ਕਰਦੇ ਉੱਨੀ ਲੱਕੜ ਫੂਲ, ਅਸੀਂ ਭੰਡਾਰਾ ਕਰਦੇ ਹਾਂ, ਸਾਰਾ ਕੁਝ ਚੱਲਦਾ, ਉਹ ਤੋਂ ਬਾਹਰ ਨਹੀਂ ਆਏ ਆ ਬੰਦੇ, ਉਰੇ ਲੈ ਕੇ ਗਏ ਚੱਕ ਕੇ ਸਮਾਨ, ਜਦ ਜਾਂਦੇ ਅੰਦਰ ਨੂੰ ਦਿਖਦਾ ਬਾਹਰ ਨੂੰ ਆਉਂਦੇ ਅੰਨੇ ਉੱਥੇ ਫਿਰ ਗੇੜ ਦਿੰਦੇ ਆ ਸਮਾਨ, ਕਿਸੇ ਦੀ ਜ਼ਰੂਰਤ ਨਹੀਂ ਹੈ ਚੱਕਣ ਦੀ ਵੀਰ ਜੀ। ਇਸ ਰੁੱਖ ਪਿੱਛੇ ਇੱਕ ਮਿਥਿਹਾਸ ਵੀ ਪ੍ਰਚਲਿਤ ਹੈ। ਕਹਿੰਦੇ ਨੇ ਕਿ ਇੱਕ ਕਿਸਾਨ ਖੇਤਾਂ 'ਚ ਕੰਮ ਕਰ ਰਿਹਾ ਸੀ, ਇਸ ਦੌਰਾਨ ਇੱਕ ਸਾਧੂ ਉੱਥੋਂ ਲੰਘਿਆ ਜਾ ਰਿਹਾ ਸੀ। ਕਿਸਾਨ ਨੇ ਸਾਧੂ ਨੂੰ ਬੇਨਤੀ ਕੀਤੀ ਕਿ ਉਹ ਇੱਥੇ ਹੀ ਰਹਿ ਜਾਣ। ਕੁਝ ਦਿਨ ਤੱਕ ਕਿਸਾਨ ਅਤੇ ਉਸ ਦੀ ਪਤਨੀ ਨੇ ਸਾਧੂ ਦੀ ਬਹੁਤ ਸੇਵਾ ਕੀਤੀ। ਇੱਕ ਦਿਨ ਕਿਸਾਨ ਦੀ ਪਤਨੀ ਜਦੋਂ ਸਾਧੂ ਲਈ ਰੋਟੀ ਲੈ ਕੇ ਆਈ ਤਾਂ ਸਾਧੂ ਨੇ ਪੁੱਛਿਆ, ਤੁਸੀਂ ਉਦਾਸ ਕਿਉਂ ਹੋ? ਤਾਂ ਕਿਸਾਨ ਦੀ ਪਤਨੀ ਨੇ ਕਿਹਾ, ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ। ਉਸ ਵੇਲੇ ਸਾਧੂ ਨੇ ਸ਼ਿਵ ਸ਼ੰਕਰ ਜੀ ਦਾ ਧੂਣਾ ਲਾਇਆ ਹੋਇਆ ਸੀ। ਉਸ ਧੂਣੇ ਵਿੱਚੋਂ 5 ਭਬੂਤੀ ਦੀਆਂ ਕੁੜੀਆਂ ਕਿਸਾਨ ਦੀ ਘਰਵਾਲੀ ਨੂੰ ਦਿੰਦੇ ਹੋਏ ਸਾਧੂ ਨੇ ਕਿਹਾ ਕਿ ਇਸ ਨੂੰ ਲੈਣ ਨਾਲ ਤੇਰੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਜਦੋਂ ਕਿਸਾਨ ਦੀ ਪਤਨੀ ਨੇ ਇਸ ਬਾਰੇ ਸਾਰੀ ਕਹਾਣੀ ਆਪਣੇ ਘਰਵਾਲੇ ਨੂੰ ਦੱਸੀ ਤਾਂ ਕਿਸਾਨ ਨੇ ਕਿਹਾ, ਇਸ ਨਾਲ ਕੁਝ ਨਹੀਂ ਹੋਣਾ, ਜਾਂ ਆਪਣੇ ਖੇਤਾਂ 'ਚ ਇਸ ਰਾਖ ਨੂੰ ਸੁੱਟਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਥਾਂ ਉੱਤੇ ਇਹ ਰਾਖ ਸੁੱਟੀ ਗਈ ਹੈ ਉਸ ਹੀ ਥਾਂ ਉੱਤੇ ਬਰਗਦ ਦਾ ਇਹ ਰੁੱਖ ਹੈ। ਵੀ ਜਿਹੜਾ ਇਹ ਦਰਖਤ ਹੈ ਇਹ ਬੜੀ ਤੇਜ਼ੀ ਨਾਲ ਆਲੇ ਦੁਆਲੇ ਨੂੰ ਵੱਧ ਰਿਹਾ, ਔਰ ਜਿਵੇਂ ਬਜ਼ੁਰਗਾਂ ਦੀ 100 ਸਾਲ 80 ਸਾਲ 70 ਸਾਲ ਬਾਅਦ ਆਪਣੀ ਇਨਸਾਨ ਦੀ ਮੌਤ ਹੁੰਦੀ ਹੈ, ਉਸੇ ਤਰੀਕੇ ਨਾਲ ਜਿਹੜੇ ਪਿਛਲੇ ਟਾਹਣੇ ਨੇ ਉਹ ਟਾਹਣੇ ਟੁੱਟਦੇ ਜਾਂਦੇ ਨੇ, ਸੁੱਕਦੇ ਜਾਂਦੇ ਨੇ, ਨਵੇਂ ਦਰਖਤ ਜਿਹੜੇ ਅੱਗੇ ਤੋਂ ਅੱਗੇ ਜੜਿਆਂ ਲੱਗ ਕੇ ਇਹ ਅੱਗੇ ਵਧੀ ਜਾਂਦਾ। ਅੱਜ ਤਕਰੀਬਨ ਇਹ ਜਿਹੜਾ ਦਰਖਤ ਹੈ ਇਹ 13 ਤੋਂ ਲੈ ਕੇ 15 ਵਿਘਿਆਂ ਦੇ ਵਿੱਚ ਜਿਹੜਾ ਇਹਦਾ ਘੇਰਾ ਆਪਣਾ ਬਣਿਆ ਹੋਇਆ ਜਿਹੜਾ ਕਿ ਬਹੁਤ ਵਿਸ਼ਾਲ ਹੈ। ਪਿੰਡ ਵਾਸੀਆਂ 'ਚ ਇਹ ਮਾਨਤਾ ਹੈ ਕਿ ਜਿਵੇਂ ਇਸ ਰੁੱਖ ਦੀਆਂ ਜੜ੍ਹਾਂ ਲਗਾਤਾਰ ਫੈਲ ਰਹੀਆਂ ਹਨ, ਉਸ ਹੀ ਤਰ੍ਹਾਂ ਨਾਲ ਕਿਸਾਨ ਦਾ ਪਰਿਵਾਰ ਵੀ ਵਧਣਾ ਸੀ। ਲੋਕਾਂ 'ਚ ਮਾਨਤਾ ਹੈ ਕਿ ਇੱਥੇ ਆ ਕੇ ਜੋ ਵੀ ਕੋਈ ਸੁੱਖਣਾ ਸੁੱਕਦਾ ਹੈ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਪਿੰਡ ਵਾਸੀ ਇਸ ਵਿਸ਼ਾਲ ਬਰਗਦ ਦੇ ਰੁੱਖ ਨੂੰ ਸਿੱਧ ਬਾਬਾ ਬਰੋਟੀ ਸਾਹਿਬ ਦੇ ਨਾਂ ਨਾਲ ਪੂਜਦੇ ਹਨ। ਇਹ ਕਾਇਆਕਲਪ ਵਰਿਕਸ਼ ਕਈ ਪੰਛੀਆਂ ਦਾ ਘਰ ਬਣਿਆ ਹੋਇਆ ਹੈ। ਛਤਰੀ ਨੁਮਾ ਇਸ ਰੁੱਖ ਤੋਂ ਪੰਛੀਆਂ ਦੇ ਚਹਿਚਹਾਉਣ ਦੀਆਂ ਆਵਾਜ਼ਾਂ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਦੀਆਂ ਨੇ। ਇਹ ਬਰਗਦ ਦਾ ਰੁੱਖ ਨਿਰੰਤਰ ਵੱਧ ਰਿਹਾ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.